ਪੰਜਾਬ ਦੀ ਸਾਰੀ ਕਾਂਗਰਸ ਕਮੇਟੀ ਦਾ, ਖਾਸ ਤੌਰ 'ਤੇ ਰਾਜਾ ਬਣੇ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਬਹੁਤ ਧੰਨਵਾਦੀ ਹਾਂ। ਇਸ ਤੋਂ ਇਲਾਵਾ ਮੈਂ ਪੰਜਾਬ ਦੀ ਲੋਕਲ ਸਥਾਨਕ ਲੀਡਰਸ਼ਿਪ ਕਾਂਗਰਸ ਦੀ ਸਭ ਦਾ ਧੰਨਵਾਦੀ ਹਾਂ, ਜ਼ਿਲ੍ਹਾ ਪ੍ਰਧਾਨ ਜਲੌੜਾ ਸਾਹਿਬ ਦਾ ਧੰਨਵਾਦੀ ਹਾਂ, ਔਰ ਜਿੰਨੇ ਵੀ ਸਾਡੇ 9 ਹਲਕੇ ਦੇ 4 ਸਾਹਿਬਾਨ ਨੇ, ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਨਿੱਜੀ ਤੌਰ 'ਤੇ, ਉਹਨਾਂ ਨੇ ਦਿਨ ਰਾਤ ਕੀਤਾ ਹੈਗਾ, ਉਹਦਾ ਧੰਨਵਾਦੀ ਹਾਂ। ਜਿੰਨੇ ਸਾਡੇ ਬਲੋਕ ਸਭ ਦੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਹਿਬਾਨ ਨੇ, ਔਰ ਸਭ ਤੋਂ ਵੱਡੀ ਗੱਲ ਹੈ ਜੋ ਸਾਡੇ ਲੋਕ ਨੇ ਜਿਨ੍ਹਾਂ ਨੇ ਸਾਡੇ ਜੋ ਆਮ ਜਨਤਾ ਜਿਹਨੇ ਸਾਨੂੰ ਵੋਟਾਂ ਪਾ ਕੇ ਸਾਡੇ ਕੋਲ ਸੰਪਰਕ ਕੀਤਾ, ਸਭ ਦਾ ਧੰਨਵਾਦੀ ਹਾਂ। ਔਰ ਉਹਨਾਂ ਨੂੰ ਉਹਨਾਂ ਨੂੰ ਮੈਂ ਇਸ ਗੱਲ ਦਾ ਯਕੀਨ ਦਵਾਉਣਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਹੋਰ ਵੀ ਵੱਧ ਤਨਦੇਹੀ ਨਾਲ, ਇਮਾਨਦਾਰੀ ਨਾਲ ਆਪਣੇ ਹਲਕੇ ਦੀ ਸੇਵਾ ਕਰਨਾ, ਮੁਕਾਬਲਾ ਰਿਹਾ ਕੜਵਾ ਮੁਕਾਬਲਾ, ਬਹੁਤ ਕੜਵਾ ਮੁਕਾਬਲਾ, ਬਹੁਤ ਇੱਕ ਕੋਲ ਸੱਤਾ ਸੀ, ਇੱਕ ਕੋਲ ਪੈਸਾ ਸੀ ਅਤੇ ਧਰਮ ਦਾ ਮੁੱਦਾ ਸੀਗਾ। ਮੇਰੇ ਕੋਲ ਨਾ ਤਾਂ ਸੱਤਾ ਸੀ, ਨਾ ਧਰਮ ਦਾ ਮੁੱਦਾ ਸੀ, ਨਾ ਮੇਰੇ ਕੋਲ ਪੈਸਾ ਸੀ, ਅਤੇ ਮੇਰਾ ਇਲੈਕਸ਼ਨ ਲੋਕਾਂ ਨੇ ਲੜਿਆ ਹੈਗਾ, ਮੇਰਾ ਇਲੈਕਸ਼ਨ ਲੋਕਾਂ ਦੀ ਸਹਿਯੋਗ ਨਾਲ ਲੜਿਆ ਗਿਆ, ਇਮਾਨਦਾਰੀ ਨਾਲ ਲੜਿਆ ਗਿਆ ਹੈਗਾ, ਅਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ, ਮੈਂ ਇੰਨਾ ਜ਼ਰੂਰ ਕਹਾਂਗਾ ਕਿ ਸਭ ਨੇ ਵਧੀਆ ਵੋਟ ਲਿੱਤੀ ਹੈਗੀ, ਬਾਕੀ ਜਿੰਨੇ ਸਾਡਾ ਉੱਪਰ ਐਜ ਸੀਗਾ ਇੱਕ ਕਾਂਗਰਸ ਪਾਰਟੀ ਦੀ ਜੋ ਬਕਬੂਲੀਅਤ ਵਧੀਆ ਔਰ ਗਾਂਧੀ ਵਾਈ ਵਿੱਚ, ਪਲੱਸ ਜੋ ਮੇਰੀ ਆਪਣਾ ਇੱਕ ਲੋਕਾਂ 'ਚ ਇੱਕ ਛਵੀ ਹੈਗੀ ਜੋ ਪਰਿਲੰਬਿਤ ਸੇਵਾ ਕਰ, ਦੋਹਾਂ ਦੇ ਸੁਮੇਲ ਨਾਲ ਇੱਕ ਸਭ ਤੋਂ ਸਫਲਤਾ ਹੋਈ ਹੈ। ਤੁਹਾਡਾ ਹਾਦਸਾ ਸੀਗਾ ਕਿ ਕਿੱਥੇ ਹੀਰਾ ਫੇਰੀ ਨਾ ਹੋਵੇ, ਨਹੀਂ ਸ਼ਾਂਤਮਈ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਵੀ ਕੈਂਡੀਡੇਟ ਦੀ ਸਕਸੈਸ ਵਿੱਚ ਦੋਹੇ ਪੱਖ ਹੁੰਦੇ, ਆਪਣਾ ਕਿਰਦਾਰ ਕੀ ਹੈ, ਪਾਰਟੀ ਕੀ ਹੈ। ਮੈਂ 14 'ਚ ਵੀ ਕਿਹਾ ਸੀ ਕਿ ਜੇ ਮੈਂ ਇਕੱਲਾ ਗਾਂਧੀ ਹੁੰਦਾ ਤਾਂ ਵੀ ਨਹੀਂ ਜਿੱਤਦਾ ਸੀਗਾ, ਜੇ ਗਾਂਧੀ ਕੋਲ ਝਾੜੂ ਨਾ ਹੁੰਦਾ ਤਾਂ ਵੀ ਨਹੀਂ ਜਿੱਤਦਾ ਸੀਗਾ, ਇਵੇਂ ਹੋਣਾ ਹੈਗਾ। ਜੇ ਇਕੱਲਾ ਗਾਂਧੀ ਹੁੰਦਾ ਕਾਂਗਰਸ ਵਗੈਰ ਗਾਂਧੀ ਜਿੱਦਾਂ ਨਹੀਂ ਸੀਗਾ, ਜੇ ਕਾਂਗਰਸ ਕੋਲ ਵੀ ਗਾਂਧੀ ਨਾ ਹੁੰਦਾ ਤਾਂ ਵੀ ਥੋੜ੍ਹੀ ਜਿੱਤ ਮੁਸ਼ਕਲ ਹੋ ਜਾਂਦੀ। ਅੱਜ ਦੇਖ ਕੇ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਾਫ ਹੈ ਉੱਪਰ ਆਇਆ, ਡੈਫੀਨੇਟਲੀ ਉੱਪਰ ਆਇਆ ਕਾਂਗਰਸ ਦਾ ਗ੍ਰਾਫ, ਉੱਪਰ ਆਇਆ ਹੈਗਾ। ਜੇ ਤੁਸੀਂ 22 ਦੇ ਇਲੈਕਸ਼ਨ ਤਾਂ ਇਸ ਵਾਰ ਵੋਟ ਪੈਟਰਨ ਦੇ ਹਰ ਹਲਕੇ ਅਸੀਂ ਬਹੁਤ ਵੱਡੀ ਯਕੀਨ ਕੀਤੀ, ਸੈਂਟਰ ਲੈਵਲ 'ਤੇ ਅਸੀਂ ਸਰਕਾਰ ਬਣਾਉਣ ਜਾ ਰਹੇ ਹੈਗੇ। ਸਾਡੇ ਜਿਹੜੇ ਮੋਦੀ ਦਾ ਗੁਬਾਰਾ ਸੀਗਾ ਐਗਜ਼ਿਟ ਪੋਲ ਦਾ 400 ਪਾਰ ਕਰ, 350 ਪਾਰ ਤੋਂ ਫਟ ਚੁੱਕਿਆ ਹੈਗਾ, ਔਰ ਲੋਕਾਂ ਨੂੰ ਉਸਦੀ ਸਮਝ ਆ ਗਈ ਹੈਗੀ ਹੈ। ਔਰ ਹੁਣ ਬਹੁਤ ਸਾਰੇ ਜਿਹੜੇ ਮੋਦੀ 300 ਥੱਲੇ ਆ ਗਿਆ, ਇੰਡੀਅਨ ਅਲਾਇੰਸ 292 ਤੋਂ ਘੁੰਮਦਾ ਹੈਗਾ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਵੀ ਪੋਸੀਬਲ ਅਲਾਈਜ਼ ਹੈਗੇ, ਖਾਸ ਤੌਰ 'ਤੇ ਬੀਜੂ ਜਨਤਾ ਦਲ ਅਤੇ ਨਿਤੀਸ਼ ਕੁਮਾਰ, ਇਹਨਾਂ ਨਾਲ ਲੈ ਕੇ ਅਸੀਂ ਇੰਡੀਅਨ ਅਲਾਇੰਸ ਸਰਕਾਰ ਬਣਾਵਾਂਗੇ। ਅਸੀਂ 272 ਦਾ ਜਿਹੜਾ ਜਾਦੂਮਈ ਅੰਕੜਾ ਹੈਗਾ ਉਹ ਪਾਰ ਕਰਾਂਗੇ, ਔਰ ਮੋਦੀ ਦੇ ਜਿਹੜਾ ਮਤਲਬ ਜ਼ਾਲਮ ਰਾਜ ਹੈਗਾ, 10 ਸਾਲ ਜਮਹੂਰੀਅਤ ਦੀ ਹੇਠੀ ਕੀਤੀ ਹੈਗੀ ਹੈ, ਕਾਰਪੋਰੇਟ ਨੂੰ ਲੁਟਾਇਆ, ਸਾਰਾ ਮੁਲਕ ਵੇਚਿਆ ਹੈਗਾ, ਉਹਦਾ ਬਦਲਾ ਲਵਾਂਗੇ, ਔਰ ਅਸੀਂ ਹਿੰਦੁਸਤਾਨ ਨੂੰ ਇੱਕ ਸਾਫ਼ ਸੁਥਰਾ ਪ੍ਰਸ਼ਾਸਨ, ਲੋਕਾਂ ਦਾ ਰਾਜ ਦੇਵਾਂਗੇ, ਜਿਹੜਾ ਕਿ ਕਾਰਪੋਰੇਟ ਲੁੱਟ ਤੋਂ ਮੁਕਤ ਹੋਊਗਾ, ਜਿਹੜੀ ਧਰਮ ਦੇ ਨਾਂ 'ਤੇ ਰਾਜਨੀਤੀ ਤੋਂ ਮੁਕਤ ਹੋਊਗਾ, ਔਰ ਜਿਹੜੀ ਜਮਹੂਰੀਅਤ ਦਾ ਘਾਣ ਹੋਇਆ ਹੈਗਾ, ਜੋ ਸੰਸਥਾਵਾਂ ਦਾ ਘਾਣ ਹੋਇਆ, ਉਹ ਤੋਂ ਮੁਕਤ। ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਬਦਲੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸਾਨੂੰ ਹਰ ਇੱਕ ਬੰਦੇ ਦੀ ਜਿਹੜਾ ਚੋਣ ਕਿਰਿਆ ਰਾਹੀਂ ਪ੍ਰਕਿਰਿਆ ਰਾਹੀਂ ਜਿੱਤਿਆ ਗਿਆ, ਉਹਦੀ ਕਦਰ ਕਰਨੀ, ਲੋਕਾਂ ਦੇ ਜਿਹੜਾ ਸਨਮਾਨ ਕਰਨਾ ਚਾਹੀਦਾ। ਔਰ ਜੇ ਪੰਜਾਬ ਦੇ ਮੁੱਦੇ ਹੈਗੇ ਆ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੈਗਾ, ਚਾਹੇ ਉਹ ਮਤਲਬ ਪੰਜਾਬ ਦੇ ਪਾਣੀ ਦਾ ਮੁੱਦਾ ਹੈਗਾ, ਚਾਹੇ ਪੰਜਾਬ ਦੇ ਪ੍ਰਵਾਸ ਦਾ ਮੁੱਦਾ, ਪੰਜਾਬ ਦੇ ਵਾਤਾਵਰਨ ਦਾ ਮੁੱਦਾ, ਕਿਸਾਨੀ ਸੰਕਟ ਹੈ, ਨਸ਼ਾ ਸੰਕਟ, ਉਸ ਵੱਲ ਸਾਨੂੰ ਧਿਆਨ ਕਰਕੇ ਇਹਨਾਂ ਸਭ ਨੂੰ ਹੱਲ ਕਰਨਾ। ਇਹ ਮੰਗ ਰੱਖੂਗੇ ਬੰਦੀ ਸਿੰਘਾਂ ਤੋਂ ਜਿਹੜਾ ਜ਼ਿਕਰ ਕਰ, ਪਹਿਲਾਂ ਹੀ ਮੰਗ ਰੱਖੀ, ਫਿਰ ਰੱਖਾਂਗੇ, ਦੁਬਾਰਾ ਫਿਰ ਰੱਖਾਂਗੇ। ਮੈਂ ਹਮੇਸ਼ਾ ਮੇਰੀ ਆਖਿਰ 'ਚ ਬੋਲੀ, ਹਮੇਸ਼ਾ ਮੈਂ ਮਜ਼ਾਰੇ 'ਚ ਵੀ ਗਿਆ, ਧਰਨੇ 'ਚ ਵੀ ਗਿਆ ਹੈਗਾ, ਫਿਰ ਬੰਦੀ ਸਿੰਘ ਰਾਜ ਦਾ ਮੁੱਦਾ ਜੀ। ਸੌ ਚੱਕਣ ਤੋਂ ਬਾਅਦ ਪਹਿਲਾਂ ਕਿਹੜਾ ਕੰਮ ਹੋਏਗਾ ਡਾਕਟਰ ਸਾਹਿਬ ਪਟਿਆਲਾ ਦੇ? ਦੇਖੋ, ਪਹਿਲਾਂ ਤਾਂ ਇੱਕ ਤਾਂ ਚੌਂ ਮਾਰ ਕੇ ਸਰ ਕਰਨੀ ਹੈ, ਸਰਹੰਦ ਤੋਂ ਲੈ ਕੇ ਪਟਿਆਲੇ ਤੱਕ ਬਹੁਤ ਐਕਸੀਡੈਂਟ ਹੁੰਦੇ ਆ। ਦੂਜਾ ਮੇਰਾ ਪੁਰਾਣਾ ਪ੍ਰੋਜੈਕਟ ਹੈਗਾ ਰਾਜਪੁਰੇ ਤੋਂ ਲੈ ਕੇ ਚੰਡੀਗੜ੍ਹ ਰੇਲਵੇ ਲਾਈਨ ਦਾ, ਉਹਨਾਂ ਮੈਂ ਰਿਵਾਈਵ ਕਰਾਂਗੇ।